ਹਾਂ ਦਰਸ਼ਨ ਕਰਨ ਤੁਹਾਨੂੰ ਪਤਾ ਸੀ ਕਿ ਪਾਣੀ ਆਇਆ? ਹਾਂ ਪਾਣੀ ਆਇਆ ਸੀ, ਰਾਤ ਤਰਨ ਤਾਰਨ ਦਰਸ਼ਨ ਕੀਤੇ, ਇੱਥੇ ਵੀ ਆਏ, ਇਸ ਕਰਕੇ ਆਏ ਸੀ, ਠਹਿਰ ਸੀ ਅੱਜ ਇੱਥੇ ਰਿਸ਼ਤੇਦਾਰੀ ਵਾਲਾ, ਉੱਥੇ ਹਾਲਾਤ ਠੀਕ ਹੈ ਜੀ, ਵਧੀਆ, ਅਤੇ ਹੁਣ ਉੱਥੇ ਦਰਸ਼ਨ ਕਰਕੇ ਅਸੀਂ ਹੁਣ ਇੱਥੇ ਪਾਕਿਸਤਾਨ ਦੇ ਕਰਤਾਰਪੁਰ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨਾ। ਪਾਣੀ ਦਾ ਮਾਹੌਲ ਠੀਕ ਹੈ, ਪਾਣੀ ਕੋਈ ਹੁਣ ਖਤਰਾ ਨਿਸ਼ਾਨ ਹੈ ਨਹੀਂ ਗਾ, ਹਾਂ ਘਟਿਆ ਗਾ, ਪਾਣੀ ਬਿਲਕੁਲ ਠੀਕ ਠਾਕ ਹੈ, ਕਹਿੰਦੀ ਨਾ ਨੁਕਸਾਨ ਇੱਧਰ ਨਾ ਉੱਧਰ, ਪਾਣੀ ਦਾ ਰਾਹ ਲੈਣੀ ਹੈ, ਜਿੱਥੋਂ ਦੀ ਪਾਣੀ ਦਾ ਰਾਹ ਬਣਦਾ ਉੱਥੋਂ ਦੀ ਪਾਣੀ ਨੇ ਜਾਣਾ ਜਾਣਾ। ਕੱਲ੍ਹ ਨਾਲੋਂ ਤਾਂ ਬਿਹਤਰ ਹੈ, ਬਾਕੀ ਜੇ ਹਾਲਾਤ ਤੁਸੀਂ ਬੰਨ ਨੂੰ ਜਿਹੜਾ ਤੋੜਿਆ ਗਿਆ ਉਹਨੂੰ ਬੰਦ ਕੀਤਾ ਜਾਣਾ ਅਤੇ ਉਹ ਇਹ ਪਹਾੜਾ ਪਾਣੀ ਰੁਕ ਸਕਦਾ ਨੁਕਸਾਨ। ਪਾਕਿਸਤਾਨ ਵਿੱਚੋਂ ਸੁਣਿਆ ਮੈਂ, ਪਾਕਿਸਤਾਨ ਨੇ ਬੰਨ ਤੋੜਿਆ, ਜਿਹੜਾ ਤੁਸੀਂ ਬੰਨ ਜਿਹੜਾ ਦਰਿਆ ਤੋਂ ਲੱਗਿਆ ਹੋਇਆ ਸੀ ਪਾਣੀ ਇੱਧਰ ਛੱਡਿਆ, ਅਤੇ ਚਲੋ ਉਹਨਾਂ ਦਾ ਆਪਣਾ ਕੋਈ ਹਿਸਾਬ ਕਿਤਾਬ ਹੋਏਗਾ, ਬਾਕੀ ਨੁਕਸਾਨ ਨਹੀਂ ਹੋਣਗੇ ਜੇ ਕਿਸੇ ਦਾ ਵੀ। ਕੱਲ੍ਹ ਨਾਲ ਹਾਲਾਤ ਠੀਕ ਨੇ, ਪਾਣੀ ਅੱਗੇ ਨਾਲ ਵਧਿਆ ਨਹੀਂ ਗਾ ਅਤੇ ਘਟਿਆ ਵੀ ਨਹੀਂ ਗਾ, ਅਤੇ ਧੀਰੇ ਧੀਰੇ ਘੱਟ ਜਾਏਗਾ ਪਾਣੀ, ਜੇ ਅੱਗੇ ਪਿੱਛੋਂ ਪਾਣੀ ਹੋਰ ਨਾ ਆਇਆ, ਪਹਾੜਾਂ 'ਚ ਬਾਰਿਸ਼ਾਂ ਨਾ ਹੋਈਆਂ, ਬਰਫ ਪਾਣੀ ਨਾ ਆਇਆ ਤਾਂ ਪਾਣੀ ਘੱਟ ਜਾਏਗਾ, ਦੋ ਤਿੰਨ ਦਿਨ ਦਾ ਪਾਣੀ ਬਿਲਕੁਲ ਸੁੱਕ ਜਾਏਗਾ, ਨੁਕਸਾਨ ਵਾਲੀ ਗੱਲ ਨਹੀਂ, ਇਹੋ ਖਤਰਾ।